17 मई बुधवार ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਜਿਹੜੀ ਆ ਉਹ ਜਲੰਧਰ ਦੇ ਵਿੱਚ ਪਹਿਲੀ ਵਾਰ ਹੋਣ ਲੱਗੀ ਹੈ। ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਇਹ ਕੈਬਨਿਟ ਮੀਟਿੰਗ ਹੋਵੇਗੀ, ਜਿਸ ਦੇ ਵਿੱਚ ਜਲੰਧਰ ਦੇ ਨਾਲ ਨਾਲ ਪੰਜਾਬ ਦੇ ਕਈ ਮਸਲਿਆਂ ਨੂੰ ਜਿਹੜਾ ਹੈ ਉਹ ਹੱਲ ਕੀਤਾ ਜਾਵੇਗਾ। ਕਈ ਲਟਕਦੇ ਮਾਮਲੇ ਜਿਹੜੇ ਨੇ ਉਹਨਾਂ ਨੂੰ ਉਸੇ ਵਕਤ ਜਿਹੜਾ ਹੈ ਉਹ ਨਿਬੇੜਿਆ ਜਾਵੇਗਾ, ਜਿਵੇਂ ਕਿ ਆਦਮਪੁਰ ਦਾ ਪੁੱਲ, ਸਮਾਰਟ ਸਿਟੀ ਪ੍ਰੋਜੈਕਟ ਅਤੇ ਜਲੰਧਰ ਨੂੰ ਸਪੋਰਟਸ ਯੂਨੀਵਰਸਿਟੀ ਦੇਣ ਦਾ ਜੋ ਵਾਅਦਾ ਸੀਗਾ ਉਸ ਨੂੰ ਵੀ ਜਿਹੜਾ ਹੈ ਉਹ ਪੂਰਾ ਕੀਤਾ ਜਾਵੇਗਾ। ਤਾਂ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਭਗਵੰਤ ਸਿੰਘ ਮਾਨ ਫੁਰਦੀ ਪੰਜਾਬ ਕੈਬਨਿਟ ਜਿਹੜੀ ਹੈ ਉਹ ਅੱਜ 17 ਤਰੀਕ ਨੂੰ ਬੁੱਧਵਾਰ ਵਾਲੇ ਦਿਨ ਜਿਹੜਾ ਹੈ ਉਹ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਕਰੇਗੀ। ਇਹ ਤੁਸੀਂ ਸਰਕਟ ਹਾਊਸ ਦੀ ਤਸਵੀਰ ਦੇਖੋ, ਜਿਸ ਜਗ੍ਹਾ ਦੇ ਉੱਤੇ ਜਿਹੜੀ ਹੈ ਉਹ ਕੈਬਨਿਟ ਦੀ ਪੰਜਾਬ ਕੈਬਨਿਟ ਦੀ ਜਿਹੜੀ ਹੈ ਉਹ ਮੀਟਿੰਗ ਹੋਵੇਗੀ। ਹਾਲਾਂਕਿ ਅੱਜ 15 ਤਰੀਕ ਹੈ, 15 ਤਰੀਕ ਨੂੰ ਹੀ ਪੂਰੀ ਤਿਆਰੀਆਂ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਸਾਫ਼ ਸਫਾਈ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ। ਤਾਂ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਟਵੀਟ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਦੋਂ ਕਿਸ ਚੀਜ਼ ਨੂੰ ਲੈ ਕੇ ਜਿਹੜੀ ਹੈ ਉਹ ਮੀਟਿੰਗ ਹੋਵੇਗੀ। ਮੈਂ ਤੁਹਾਨੂੰ ਟਵੀਟ ਵੀ ਜਿਹੜਾ ਹੈ ਜ਼ਰੂਰ ਸੁਣਾਊਂਗਾ। ਭਗਵੰਤ ਸਿੰਘ ਮਾਨ ਹੋਰਾਂ ਨੇ ਟਵੀਟ ਕੀਤਾ, ਸਰਕਾਰ ਤੁਹਾਡੇ ਦੁਆਰ ਵਾਅਦੇ ਮੁਤਾਬਕ ਪੰਜਾਬ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 17 ਮਈ ਬੁੱਧਵਾਰ ਨੂੰ ਸਵੇਰੇ 10:30 ਸਰਕਟ ਹਾਊਸ ਜਲੰਧਰ ਵਿਖੇ ਹੋਵੇਗੀ, ਜਿਸ ਵਿੱਚ ਜਲੰਧਰ ਸਮੇਤ ਪੰਜਾਬ ਦੇ ਕਈ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਸਮੇਤ ਪੁਰਾਣੇ ਲਟਕਦੇ ਮਸਲਿਆਂ ਨੂੰ ਜਿਹੜਾ ਹੈ ਹੱਲ ਕਰਨ ਤੇ ਵਿਚਾਰ ਹੋਵੇਗਾ ਅਤੇ ਤੁਰੰਤ ਫੈਸਲੇ ਲਏ ਜਾਣਗੇ। ਤਾਂ ਜਲੰਧਰ ਦੇ ਲੋਕਾਂ ਦੇ ਲਈ ਖੁਸ਼ਖਬਰੀ ਹੈ ਕਿਉਂਕਿ ਜਲੰਧਰ ਦੇ ਜਿੰਨੇ ਵੀ ਲਟਕਦੇ ਕੰਮ ਨੇ ਉਹ ਸਾਰੇ ਭਗਵੰਤ ਸਿੰਘ ਮਾਨ ਹੋਰੀ ਦੀ ਕੈਬਨਿਟ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਮੀਟਿੰਗ ਕਰਕੇ ਹੱਲ ਕਰੇਗੀ। ਕਿਤੇ ਨਾ ਕਿਤੇ ਜਲੰਧਰ ਦੇ ਲੋਕਾਂ ਦੇ ਲਈ ਇੱਕ ਖਾਸ ਖਬਰ ਵੀ ਹੈ ਕਿਉਂਕਿ ਉਹਨਾਂ ਦੇ ਕਈ ਲਟਕਦੇ ਮਸਲੇ ਨੇ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਨੇ ਉਹ ਹੱਲ ਨਹੀਂ ਹੋ ਰਹੇ ਨੇ। ਜੇਕਰ ਗੱਲ ਕਰੀਏ ਆਦਮਪੁਰ ਦੇ ਪੁੱਲ ਦੀ, ਜੇਕਰ ਗੱਲ ਕਰੀਏ ਸਮਾਰਟ ਸਿਟੀ ਪ੍ਰੋਜੈਕਟ ਦੀ ਜਾਂ ਫਿਰ ਕੋਈ ਹੋਰ ਮਸਲੇ ਨੇ, ਇਹ ਸਾਰੇ ਹੱਲ ਕਿਤੇ ਨਾ ਕਿਤੇ ਨਹੀਂ ਹੋ ਰਹੇ ਸੀਗੇ। ਜਲੰਧਰ ਨੂੰ ਡਿਵੈਲਪ ਕਰਨ ਦੇ ਮਸਲੇ ਜਿਹੜੇ ਨੇ ਉਹ ਹੱਲ ਨਹੀਂ ਹੋ ਰਹੇ ਸੀਗੇ। ਤਾਂ ਪਹਿਲੀ ਮੀਟਿੰਗ ਜਿਹੜੀ ਹੈ ਉਹ ਹੋਵੇਗੀ ਲੁਧਿਆਣੇ ਤੋਂ ਬਾਅਦ, ਹੁਣ ਜਲੰਧਰ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਵੇਗੀ। ਤਾਂ ਇਸ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਏ ਜਾਣਗੇ, ਸ਼ਾਇਦ ਕਈ ਵੱਡੇ ਪ੍ਰੋਜੈਕਟ ਵੀ ਜਿਹੜੇ ਨੇ ਉਹ ਨਿਕਲ ਸਕਣ ਕਿਉਂਕਿ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਭਾਰੀ ਬਹੁਮਤ ਦੇ ਨਾਲ ਸੁਸ਼ੀਲ ਕੁਮਾਰ ਰਿੰਕੂ ਹੋਰੀ ਜਿੱਤ ਚੁੱਕੇ ਨੇ। ਆਮ ਆਦਮੀ ਪਾਰਟੀ ਦੇ ਪਹਿਲੇ ਜਿਹੜੇ ਨੇ MP ਜਲੰਧਰ ਤੋਂ ਬਣੇ ਨੇ। ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਜਲੰਧਰ ਦੇ ਲੋਕਾਂ ਦੇ ਲਈ ਕਾਫੀ ਕੰਮ ਕੀਤੇ ਜਾਣੇ ਨੇ, ਇਸ ਕਰਕੇ ਹੀ ਇਹ ਅਹਿਮ ਜਿਹੜੀ ਹੈ ਉਹ ਕੈਬਨਿਟ ਮੀਟਿੰਗ ਜਲੰਧਰ ਦੇ ਵਿੱਚ ਖਾਸ ਕਰਕੇ ਜਿਹੜਾ ਹੈ ਉਹ ਕੀਤਾ ਗਿਆ ਹੈ। ਕਿਤੇ ਨਾ ਕਿਤੇ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜਦੋਂ ਵੀ ਜਲੰਧਰ ਦੇ ਵਿੱਚ ਆਉਂਦੇ ਰਹੇ ਨੇ ਉਹਨਾਂ ਵੱਲੋਂ ਵਾਅਦੇ ਜਿਹੜੇ ਨੇ ਕਈ ਕੀਤੇ ਗਏ ਨੇ, ਉਹਨਾਂ ਵਾਅਦਿਆਂ ਨੂੰ ਵੀ ਸ਼ਾਇਦ ਇਸ ਮੀਟਿੰਗ ਦੇ ਵਿੱਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਇਸ ਮੀਟਿੰਗ ਦੇ ਵਿੱਚ ਸਾਰੇ ਹੀ MLA MP ਅਤੇ ਸਮੇਤ ਪੂਰੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਉਹ ਆਵੇਗੀ, ਜਿਨ੍ਹਾਂ ਵੱਲੋਂ ਆਪਣੇ ਮੁੱਦਿਆਂ ਨੂੰ ਜਿਹੜਾ ਹੈ ਉਹ ਰੱਖਿਆ ਜਾਵੇਗਾ ਕਿਉਂਕਿ ਆਮ ਲੋਕਾਂ ਦੇ ਨਾਲ ਜਨ ਸਭਾਵਾਂ ਵੀ ਜਿਹੜੀਆਂ ਨੇ ਭਗਵੰਤ ਸਿੰਘ ਮਾਨ ਹੋਰੀ ਕਰਨਗੇ, ਜੋ ਕਿ ਐਲਾਨ ਹੋਇਆ ਹੈ ਜਿਸ ਦੇ ਵਿੱਚ ਕਈ ਮਸਲੇ ਜਿਹੜੇ ਨੇ ਆਮ ਲੋਕਾਂ ਦੇ ਉਸਨਾਂ ਨੂੰ ਵੀ ਜਿਹੜਾ ਹੈ ਸੁਣ ਕੇ ਮੀਟਿੰਗ ਜਿਹੜੀ ਹੈ ਉਸ ਮੀਟਿੰਗ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਾਂ ਕਿਤੇ ਨਾ ਕਿਤੇ ਖੁਸ਼ਖਬਰੀ ਜਿਹੜੀ ਹੈ ਉਹ ਜਲੰਧਰ ਦੇ ਲੋਕਾਂ ਦੇ ਲਈ ਹੈ। ਇਹ ਸਰਕਟ ਹਾਊਸ ਦੀ ਤਸਵੀਰ ਹੈ, ਪ੍ਰੋਪਰ ਤੁਸੀਂ ਇਹ ਤਸਵੀਰ ਦੇਖੋ, ਜਿਸ ਜਗ੍ਹਾ ਦੇ ਉੱਤੇ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਨੇ ਉਹ ਅੱਜ ਤੋਂ ਹੀ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਇਹ ਐਂਟਰੈਂਸ ਗੇਟ ਹੈ, ਇਸ ਦੇ ਨਾਲ ਇੱਕ ਦੂਸਰਾ ਗੇਟ ਹੈ, ਸਿਰਫ ਦੋ ਹੀ ਰਾਸਤੇ ਨੇ ਜਿਸ ਦੇ ਵਿੱਚ ਜਿਹੜਾ ਹੈ ਉਹ ਅੰਦਰ ਜਾ ਸਕਦਾ ਹੈ। ਤੇ ਦੋਨਾਂ ਹੀ ਰਾਸਤਿਆਂ ਦੇ ਵਿੱਚ ਜਿਹੜਾ ਹੈ ਉਹ ਹਾਲਾਂਕਿ 15 ਤਰੀਕ ਹੈ, 15 ਤਰੀਕ ਤੋਂ ਹੀ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ ਹੈ ਤਾਂ ਕਿ ਕਿਸੇ ਵੀ ਤਰੀਕੇ ਦੀ ਅਣਗਹਿਲੀ ਜਿਹੜੀ ਹੈ ਉਹ ਨਾ ਵਰਤ ਸਕੇ ਕਿਉਂਕਿ ਪੂਰੀ ਕੈਬਨਿਟ ਜਿਹੜੀ ਹੈ ਉਹ ਇਸ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਪਹੁੰਚੇਗੀ। ਤਾਂ ਕਿਤੇ ਨਾ ਕਿਤੇ ਜਲੰਧਰ ਦੇ ਲੋਕਾਂ ਦੇ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ। ਤਮਾਮ ਅਪਡੇਟ ਦੇ ਨਾਲ ਤੁਹਾਡੇ ਤੱਕ ਫਿਰ ਜੁੜਾਂਗੇ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜ ਗੁਪਤਾ, ਬਾਬੂ ਸ਼ਾਹੀ ਟਾਈਮ, ਜਲੰਧਰ ਸਰਕਟ ਹਾਊਸ।